ਅੱਜ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਚਰਨਾਂ ਦੇ ਵਿੱਚ ਜਿਹੜੇ ਸ਼ਰਧਾ ਦੇ ਸੁਮਨ ਭੇਟ ਕਰਦਾ ਹੋਇਆ, ਫੁੱਲ ਭੇਟ ਕਰਦਾ ਹੋਇਆ, ਸਮੁੱਚੇ ਜਿੰਨੇ ਵੀ ਸਾਡੇ ਵੀਰ ਭੈਣ ਬੈਠੇ ਨੇ, ਖਾਸ ਕਰਕੇ ਪੀੜੀ ਦੇ ਉਮੀਦਵਾਰ ਨੇ ਜੋ ਇੰਜੀਨੀਅਰ ਬਲਵਿੰਦਰ ਸਿੰਘ ਗਿਆਸਪੁਰਾ, ਗੁਰਮੀਤ ਸਿੰਘ ਜੀ ਮੁੰਡੀਆਂ, ਲਾਭ ਸਿੰਘ ਜੀ ਭਾਮੀਆਂ, ਰਾਮਾਨੰਦ ਜੀ, ਮਾਸਟਰ ਰਮਨਦੀਪ ਜੀ, ਹਰਪ੍ਰੀਤ ਸਿੰਘ ਜੀ ਐਡਵੋਕੇਟ, ਅਤੇ ਜਿਹੜੀ ਪ੍ਰਬੰਧਕ ਕਮੇਟੀ ਆ ਡਾਕਟਰ ਭੀਮ ਰਾਓ ਅੰਬੇਡਕਰ ਮਿਸ਼ਨ ਕਮੇਟੀ, ਸਾਰਿਆਂ ਨੂੰ ਪਹਿਲਾਂ ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ ਜੈ ਭਾਵ। ਜਿਵੇਂ ਕਿ ਸਾਰੇ ਸਾਥੀਆਂ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਬਾਰੇ ਦੱਸਿਆ, ਕਿਉਂਕਿ ਇਹ ਜ਼ਿੰਮੇਵਾਰੀ ਤਾਂ ਮੈਂ ਨੌਜਵਾਨਾਂ ਦੇ ਉੱਤੇ ਛੱਡਦਾ ਕਿ ਉਹ ਕਿਤਾਬਾਂ ਜ਼ਰੂਰ ਪੜ੍ਹਨ, ਕਿਤਾਬਾਂ ਪੜ੍ਹ ਕੇ ਖੁਦ ਦੇਖਣ ਵੀ ਬਾਬਾ ਸਾਹਿਬ ਅੰਬੇਡਕਰ ਕੀ ਸੀ। ਪਰ ਮੈਂ ਇੱਕ ਗੱਲ ਇਸ ਜਗ੍ਹਾ ਨੂੰ, ਕਿਉਂਕਿ ਮੈਂ ਬਹੁਤ ਅਹਿਮੀਅਤ ਦਿੱਤੀ ਹੈ, ਇਹ ਉਹ ਜਗ੍ਹਾ ਜਦੋਂ ਭਗਵਾਨ ਸਿੰਘ ਚੌਹਾਨ, ਬਹੁਤ ਸਾਰੇ ਸਾਥੀਆਂ ਨੇ ਸ਼ਾਇਦ ਉਹ ਗੱਲ ਭੁੱਲ ਗਏ ਹੋਣਗੇ, ਪਰ ਮੈਂ ਉਹ ਗੱਲ ਭੁੱਲਿਆ ਨਹੀਂ ਸੀਗਾ। ਇਸ ਜਗ੍ਹਾ ਦੇ ਉੱਤੇ ਜਦੋਂ ਗੁਰਦੁਆਰਾ ਸਾਹਿਬ ਛੋਟੇ ਹੁੰਦੇ ਸੀਗੇ, ਉਹਨਾਂ ਨੇ ਇੱਕ ਗੱਲ ਕਹੀ ਸੀ, ਅਤੇ ਅੱਜ ਮੈਂ ਤੁਹਾਨੂੰ ਉਹੀ ਗੱਲ ਭਗਵਾਨ ਸਿੰਘ ਚੌਹਾਨ ਦੇ ਦੌਰਾਨ ਨਾ, ਕਿਉਂਕਿ ਮੈਂ ਪੱਤਰਕਾਰ ਹੋਣ ਦੇ ਨਾਤੇ ਕੋਈ ਸਿਆਸੀ ਗੱਲ ਨਹੀਂ ਕਰ ਸਕਦਾ, ਪਰ ਇੱਕ ਪਿਛੋਕੜ ਦੀ ਗੱਲ ਜ਼ਰੂਰ ਕਰਾਂਗਾ, ਕਿਉਂਕਿ ਉਹਦੇ ਬਹੁਤ ਜ਼ਿਆਦਾ ਮਾਇਨੇ ਨੇ। ਭਗਵਾਨ ਸਿੰਘ ਚੌਹਾਨ ਨੇ ਕਿਹਾ ਸੀ ਕਿ ਜਦੋਂ ਵੀ ਵੋਟਾਂ ਆਉਂਦੀਆਂ ਨੇ, ਲੋਕ ਆਉਂਦੇ ਨੇ ਅਤੇ ਜਿਹੜੇ ਚੋਣਾਂ ਲੜਦੇ ਨੇ, ਅਤੇ ਸਾਡੇ ਬਜ਼ੁਰਗਾਂ ਨੇ, ਇਹ ਜਿਹੜੀ ਧਰਮਸ਼ਾਲਾ ਸੀ ਨਾ, ਇਹਨੇ ਸਾਡਾ ਸੱਤਿਆਨਾਸ਼ ਕਿਉਂ ਮਾਰਿਆ? ਕਹਿੰਦਾ ਵੀ ਸਾਡੇ ਬਜ਼ੁਰਗਾਂ ਨੇ ਸਿਰਫ ਕਦੇ ਨਹੀਂ ਮੰਗਿਆ ਵੀ ਸਾਡੇ ਬੱਚਿਆਂ ਨੂੰ ਰੁਜ਼ਗਾਰ ਚਾਹੀਦਾ, ਸਾਡੇ ਮਤਲਬ ਇਹ ਚੀਜ਼ਾਂ ਚਾਹੀਦੀਆਂ ਨੇ, ਸਾਨੂੰ ਸਹੂਲਤਾਂ ਚਾਹੀਦੀਆਂ ਨੇ। ਉਹਨਾਂ ਨੇ ਸਿਰਫ ਇੱਕੋ ਚੀਜ਼ ਮੰਗੀ, ਸਾਡੀ ਧਰਮਸ਼ਾਲਾ ਜੀ ਇਹਦੇ ਬਾਲੇ ਟੁੱਟ ਗਏ ਨੇ, ਇਹਨੂੰ ਬਾਲਿਆਂ ਨੂੰ ਗ੍ਰਾਂਟ ਦੇ ਦਿਉ, ਸਾਡੀ ਧਰਮਸ਼ਾਲਾ ਜੀ ਇਹਦੀ ਚਾਰ ਦੋਰੀ ਡਿੱਗੀ ਆ, ਸਾਡੀ ਧਰਮਸ਼ਾਲਾ ਜੀ ਇਹਨੂੰ ਪੇਂਟ ਕਰਾਉਣ ਵਾਲਾ, ਸਾਡੀ ਧਰਮਸ਼ਾਲਾ, ਕਹਿੰਦਾ ਇਹ ਧਰਮਸ਼ਾਲਾ ਨਾ ਹੋ ਗਈ ਪਤਾ ਨਹੀਂ, ਕਿਉਂਕਿ ਇਹਨੇ ਸਾਡੇ ਸਮਾਜ ਦਾ ਸੱਤਿਆਨਾਸ਼ ਮਾਰਤਾ, ਕਿਉਂਕਿ ਇਹ ਧਰਮਸ਼ਾਲਾ ਦੇ ਨਾਂ ਦੇ ਉੱਤੇ ਸਾਡਾ ਜਿਹੜਾ ਪੂਰਾ ਭਾਈਚਾਰਾ ਹੁੰਦਾ ਸੀ ਨਾ, ਉਹ ਐਲਾਨ ਕਰਕੇ ਜਾਂਦੇ ਸੀ ਗ੍ਰਾਂਟ ਦੀ, ਕਿਉਂਕਿ ਮੈਨੂੰ ਵੀ ਜ਼ਿਆਦਾ ਜਦੋਂ ਮੈਂ ਵੀ ਛੋਟਾ ਹੁੰਦਾ ਸੀ, ਸਾਡੇ ਵੀ ਉੱਥੇ ਹੁੰਦੇ ਧਰਮਸ਼ਾਲਾ ਦੇ ਵਿੱਚ ਹੀ ਜ਼ਿਆਦਾਤਰ ਇਕੱਠ ਜਿਹਾ ਰੱਖ ਕੇ, ਫਿਰ ਉਹ ਕਹਿੰਦਾ ਸੀ ਵੀ ਤੁਹਾਨੂੰ ਅਸੀਂ 5,500 ਰੁਪਏ ਦੀ ਗ੍ਰਾਂਟ ਆ ਜਿਹੜੀ ਉਹ ਦਿੰਦੇ ਹਾਂ, 2,100 ਰੁਪਏ ਦੀ 5,500 ਦੀ ਗ੍ਰਾਂਟ ਆ ਜਿਹੜੀ ਦਿੰਦੇ ਹਾਂ। ਅਤੇ ਜਿਹੜਾ ਸਾਡਾ ਚੌਧਰੀ ਹੁੰਦਾ ਸੀ ਨਾ, ਭਰਮ ਚੌਧਰੀ ਬਹੁਤ ਹੁੰਦੇ ਨੇ, ਅਤੇ ਉਹ ਜਦੋਂ ਚੌਧਰੀ ਕਹਿ ਦਿੰਦਾ ਸੀ ਵੀ ਹੁਣ 5,500 ਦੀ ਗ੍ਰਾਂਟ ਆ ਜਿਹੜੀ ਆਪਣੇ ਕੋਲ ਆ ਗਈ, ਅਤੇ ਇਸ ਕਰਕੇ ਹੁਣ ਸਾਰੀ ਦੀਆਂ ਸਾਰੀਆਂ ਵੋਟਾਂ ਫਲਾਨੇ ਦੀਆਂ, ਅਤੇ ਸਾਡਾ ਸੌਦਾ ਖੜਿਆਂ ਦਾ 5,500, 2,100, 2,100, 11,000 ਇਹਦੇ ਵਿੱਚ ਸਾਡੇ ਪੂਰੇ ਸਮਾਜ ਦਾ ਸੌਦਾ ਜਿਹੜਾ ਸਾਡਾ ਭਰਮ ਚੌਧਰੀ ਜਿਹੜਾ ਉਹ ਕਰ ਜਾਂਦਾ ਸੀ। ਅਤੇ ਅੱਜ ਵੀ ਹਾਲਾਤ ਕੋਈ ਜ਼ਿਆਦਾ ਨਹੀਂ ਬਦਲੇ, ਅੱਜ ਵੀ ਹਾਲਾਤ ਜਿਉਂ ਦੇ ਤਿਉਂ ਨੇ, ਅੱਜ ਵੀ ਸਾਡੇ ਕੁਛ ਮੋਹਰੀ ਇਹੋ ਜਿਹੇ ਲੀਡਰ ਹੁੰਦੇ ਨੇ ਜਿਹੜੇ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਸਾਡਾ ਭੇਡ ਬੱਕਰੀਆਂ ਦੇ ਵਾਂਗੂ ਸਾਡਾ ਸੌਦਾ ਕਰਕੇ ਚਲੇ ਗਏ। ਉਸ ਗੱਲ ਨੂੰ ਮੈਂ ਪੱਲੇ ਬੰਨਿਆ ਸੀ, ਮੈਂ ਪਿੰਡਾਂ ਦੇ ਵਿੱਚ ਆ ਕੇ ਪ੍ਰਚਾਰ ਕੀਤਾ ਸੀ ਵੀ ਇਹ ਧਰਮਸ਼ਾਲਾਵਾਂ ਲਈ ਮੰਗਣਾ ਬੰਦ ਕਰ ਦਿਓ, ਕਿਉਂਕਿ ਭਗਵਾਨ ਸਿੰਘ ਚੌਹਾਨ ਨੇ ਉਸ ਦਿਨ ਅਗਲੀ ਵੀ ਗੱਲ ਕਹੀ ਸੀ ਵੀ ਜੇਕਰ ਤੁਹਾਡੇ ਕੋਲ ਲੀਡਰ ਆਉਂਦਾ ਉਹਨੂੰ ਕਹੋ ਵੀ ਸਾਨੂੰ ਬੱਸ ਦਾ ਪਰਮਿਟ ਦੇ, ਸਾਡੇ ਨੌਜਵਾਨ 2 ਕੰਡਕਟਰ ਅਤੇ ਡਰਾਈਵਰ 2 ਲੱਗਣਗੇ। ਉਸ ਤੋਂ ਬਾਅਦ ਉਸ ਬੱਸ ਦੀ ਇਨਕਮ ਦੇ ਨਾਲ ਅਸੀਂ ਆਪਣੇ ਆਪ ਧਰਮਸ਼ਾਲਾ ਦਾ ਬਣਾਵਾਂਗੇ ਅਤੇ ਉਹਦਾ ਰਿਪੇਅਰਿੰਗ ਦਾ ਵੀ ਕੰਮ ਹਰ ਸਾਲ ਕਰਦੇ ਰਹਾਂਗੇ। ਜਦੋਂ ਤੁਹਾਡੇ ਕੋਲ ਕੋਈ ਲੀਡਰ ਆਉਂਦਾ ਉਹਦੇ ਤੋਂ ਰਾਸ਼ਨ ਦਾ ਡੀਪੂ ਮੰਗਿਓ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਰਾਸ਼ਨ ਅਤੇ ਡੀਪੂ ਦੀ ਬੜੀ ਵੈਲਿਊ ਸੀ। ਤੁਹਾਡੇ ਕੋਲ ਕੋਈ ਲੀਡਰ ਆਉਂਦਾ ਤਾਂ ਉਦੋਂ ਪੈਟਰੋਲ ਦਾ, ਕਿਉਂਕਿ ਪੈਟਰੋਲ ਪੰਪ ਦਾ ਲਾਇਸੈਂਸ ਮੰਗਿਓ, ਕਿਉਂਕਿ ਜਮਾਲਪੁਰ ਵਾਲੇ ਸਾਥੀਓ ਤੁਸੀਂ ਸ਼ਾਇਦ ਭੁੱਲ ਗਏ ਹੋਵੋਗੇ, ਪਰ ਕਈ ਮੇਰੇ ਮੁਤਾਬਕ ਜ਼ਿਆਦਾ ਨਹੀਂ ਤਾਂ 12-15-17 ਸਾਲ ਹੋ ਗਏ
2002 ਦੀ ਗੱਲ ਆ ਸ਼ਾਇਦ, 2002 ਦੀ ਗੱਲ ਮੈਂ ਨਹੀਂ ਭੁੱਲਿਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਮੈਂ ਨਵਾਂ ਨਵਾਂ ਇੱਧਰ ਮਿਸ਼ਨ ਦੇ ਵੱਲ ਨਵੀਆਂ ਨਵੀਆਂ ਲੁਧਿਆਣੇ ਪਿੰਡੋਂ ਆ ਕੇ ਲੁਧਿਆਣੇ ਵਸਿਆ ਸੀ ਅਤੇ ਲੁਧਿਆਣੇ ਆ ਕੇ ਇਹ ਮੈਨੂੰ ਰੋਸ਼ਨੀ ਮਿਲ ਰਹੀ ਸੀ ਕਿਤੇ ਨਾ ਕਿਤੇ। ਮੈਂ ਨਹੀਂ ਭੁੱਲਿਆ 2002 ਦੀ ਗੱਲ। ਤੁਸੀਂ ਜਮਾਲਪੁਰ ਵਾਲਿਆਂ ਨੇ ਜਿਨ੍ਹਾਂ ਦੀ ਇਹ ਜਗ੍ਹਾ ਦੇ ਉੱਤੇ ਕਰਕੇ ਭਗਵਾਨ ਸਿੰਘ ਚੌਹਾਨ ਨੇ ਇਹ ਗੱਲ ਕਹੀ ਸੀ ਤੁਸੀਂ ਭੁੱਲ ਗਏ ਹੋਵੋਗੇ। ਮੈਂ ਪਿੰਡਾਂ ਦੇ ਵਿੱਚ ਜਾ ਕੇ ਜਦੋਂ ਕਿਹਾ ਤੁਸੀਂ ਲੀਡਰਾਂ ਤੋਂ ਕਦੇ ਵੀ ਜਮਾਲਪੁਰ ਦੇ ਵੀਰਾਂ ਨੇ ਕਦੇ ਕਿਸੇ ਜਦੋਂ ਇਹਨਾਂ ਕੋਲ ਕੋਈ ਲੀਡਰ ਆਉਂਦਾ ਸੀ ਕਦੇ ਪੈਟਰੋਲ ਪੰਪ ਲਾਇਸੈਂਸ ਨਹੀਂ ਮੰਗਿਆ ਹੋਣਾ, ਕਦੇ ਰਾਸ਼ਨ ਡਿਪੂ ਦਾ, ਉਹ ਕਹਿੰਦਾ ਹੋਰ ਨਹੀਂ ਜ਼ਿਆਦਾ ਨਹੀਂ ਤਾਂ ਮਾਰਕੀਟ ਦੇ ਵਿੱਚ ਜਗ੍ਹਾ ਮੰਗ ਲਿਆ ਕਰੋ ਜਿੱਥੇ ਤੁਹਾਡੀਆਂ 10 ਦੁਕਾਨਾਂ ਬਣਨ, 10 ਦੁਕਾਨਾਂ ਦੇ ਤੁਹਾਡੇ ਰੁਜ਼ਗਾਰ ਪੈਦਾ ਹੋਣਗੇ, ਉੱਥੋਂ ਤੁਸੀਂ ਕਿਰਾਇਆ ਲੈਂਦੇ ਹੋ ਤਾਂ ਤੁਸੀਂ ਇਹਦੇ ਵਿੱਚੋਂ ਸਭ ਕੁਛ ਕਰ ਸਕਦੇ ਹੋ। ਮੈਂ ਇਸ ਦਾ ਪ੍ਰਚਾਰ ਵੀ ਕੀਤਾ ਕਿਉਂਕਿ ਲੰਮਾ ਸਮਾਂ ਬਸਪਾ ਦੇ ਵਿੱਚ ਵੀ ਰਿਹਾ, ਬਸਪਾ ਦੇ ਵਿੱਚ ਮੌਕਾ ਵੀ ਮਿਲਿਆ MLA ਦੀ ਚੋਣ ਲੜਨ ਦਾ। ਆਹ ਜਿਵੇਂ ਇਹਨਾਂ ਨੇ ਗੱਲ ਕੀਤੀ ਆ ਢੋਲਕੇ ਕੁੱਟਣ ਵਾਲੇ, ਕਿਉਂਕਿ ਮੈਂ ਜਦੋਂ ਦਫ਼ਤਰ ਦੇ ਵਿੱਚ ਮੇਰੇ 'ਤੇ ਇੱਕ ਐਲੀਗੇਸ਼ਨ ਲੱਗਿਆ ਸੀ ਬਈ ਗੁਰਪ੍ਰੀਤ ਸਿੰਘ ਮਹਿਦੂ ਤਾਂ ਹਲਕਾ ਸਾਹਨੇਵਾਲ ਦੇ ਵਿੱਚ ਪਿੰਡ ਪੈਂਦਾ ਇਹਦਾ ਮੁਹੱਲਾ ਪੈਂਦਾ ਅਤੇ ਇਹ ਤਾਂ ਇੱਥੇ ਮੌਕਾ ਨਹੀਂ ਦਿੰਦਾ, ਇਹਦੇ ਤੋਂ ਉੱਤਰ ਇਹਦੇ 'ਤੇ ਕੰਪੇਨ ਨਹੀਂ ਚੱਲਣੀ। ਦੂਸਰਾ ਇੱਕ ਹੋਰ ਲੱਗਿਆ ਸੀ ਵੀ ਜਿਹੜਾ ਪਹਿਲਾ ਕੈਂਡੀਡੇਟ ਸੀ ਉਹ ਰਾਤ ਨੂੰ ਜਾ ਕੇ ਸੌਦੇ ਕਰਦਾ ਸੀਗਾ ਕਾਂਗਰਸੀਆਂ ਦੇ ਅਕਾਲੀਆਂ ਨਾਲ। ਮੈਂ ਇੱਕੋ ਗੱਲ ਕਹੀ ਸੀ ਸਭ ਤੋਂ ਪਹਿਲਾਂ ਵੀ ਮੈਂ ਆਪਣੇ ਆਪ ਨੂੰ ਬੇਦਾਗ ਰੱਖਣਾ, ਮੈਂ ਚੋਣ ਜਿੱਤਾਂ ਹਾਰਾਂ ਇਹ ਵੱਖਰਾ ਚੈਪਟਰ ਆ, ਪਰ ਸਭ ਤੋਂ ਵੱਡੀ ਗੱਲ ਆ ਵੀ ਮੈਂ ਆਪਣੇ ਆਪ ਨੂੰ ਬੇਦਾਗ ਲੈ ਕੇ ਆਇਆ ਔਰ ਬੇਦਾਗ ਰੱਖਾਂਗਾ। ਮੈਂ ਜਿੰਨੇ ਦਿਨ ਚੋਣ ਲੜੀ ਉੱਥੋਂ ਉਨੇ ਦਿਨ ਆਪਣੇ ਦਫ਼ਤਰ ਦੇ ਵਿੱਚ ਸੌਂਦਾ ਰਿਹਾ ਔਰ ਬੰਦਿਆਂ ਨੂੰ ਕਿਹਾ ਵੀ ਜਦੋਂ ਤੁਸੀਂ ਮੈਨੂੰ ਤੜਕੇ 4 ਵਜੇ ਤੋਂ ਲੈ ਕੇ 12 ਵਜੇ ਤੱਕ ਤੁਸੀਂ ਮੈਨੂੰ ਸੌਣ ਨਾ ਦਿਓ। ਦੂਸਰੀ ਗੱਲ ਸੀ ਮੇਰੇ ਦਫ਼ਤਰ ਦੇ ਵਿੱਚ ਨਾ ਇੱਕ ਮੋਰੀ ਸੀਗੀ ਏਡੀ ਬੜੀ, ਉਹ ਲੋਕ ਜਿਹੜਾ ਲੱਗਿਆ ਹੁੰਦਾ ਉਹ ਕੱਟੀ ਹੋਈ ਸੀ। ਮੈਂ ਕਿਹਾ ਕੋਈ ਵੀ ਵਿਅਕਤੀ ਰਾਤ ਨੂੰ ਆ ਕੇ ਕਿਸੇ ਵੇਲੇ ਵੀ ਆ ਕੇ ਮੈਨੂੰ ਇਸ ਮੋਰੀ ਰਾਹੀਂ ਚੈੱਕ ਕਰ ਸਕਦਾ ਵੀ ਗੁਰਪ੍ਰੀਤ ਸਿੰਘ ਮਹਿਦੂ ਦਾ ਰਾਤ ਨੂੰ ਕਿਤੇ ਸੌਦਾ ਕਰਨ ਗਿਆ ਹੋ ਜਾਂ ਸੁੱਤਾ ਪਿਆ, ਔਰ ਰਾਤ ਨੂੰ ਆਪਣੀਆਂ ਖ਼ਬਰਾਂ ਆਪ ਟਾਈਪ ਕਰਕੇ ਸੁਣਦਾ ਸੀ ਅਤੇ ਉਸ ਨੂੰ ਸਵੇਰੇ ਉੱਠ ਕੇ ਉਹਨਾਂ ਨੂੰ ਫਾਰਵਰਡ ਕਰਦਾ ਸੀਗਾ ਜਿਹੜੀਆਂ ਤੁਸੀਂ ਪੜ੍ਹੀਆਂ ਵੀ ਹੋਣਗੀਆਂ। ਧੰਨਵਾਦ ਕਰਦਾ ਮੈਂ ਉਸ ਮੀਡੀਆ ਦਾ। ਮੈਂ ਇਸ ਗੱਲ ਕਰਦਾ ਵੀ ਜਿਹੜਾ ਮੇਰੇ 'ਤੇ ਐਲੀਗੇਸ਼ਨ ਇਹ ਲਾ ਰਹੇ ਸੀਗੇ ਉਹ ਲੋਕ ਬਕਾਊ ਹੋ ਸਕਦੇ ਨੇ, ਪਰ ਗੁਰਪ੍ਰੀਤ ਸਿੰਘ ਮਹਿਦੂ ਦਾ ਬਕਾਊ ਨਹੀਂ ਹੋਇਆ ਕਿਉਂਕਿ ਸਮਾਂ ਬਹੁਤ ਘੱਟ ਆ। ਮੈਂ ਇਹ ਗੱਲ ਇਸ ਕਰਕੇ ਕੀਤੀ ਆ ਵੀ ਉਸ ਵੇਲੇ ਵੀ ਮੈਂ ਚੰਗੀ ਪੱਧਰ ਦੇ ਉੱਤੇ ਪ੍ਰਚਾਰ ਕੀਤਾ, ਪਰ ਜਿਹੜੀ ਮੈਂ ਗੱਲ ਹੁਣ ਕਰਨ ਜਾ ਰਿਹਾ ਜਦੋਂ ਮੈਂ ਦਫ਼ਤਰ ਦੇ ਵਿੱਚ ਸੁਣਦਾ ਸੀ ਜਿਹੜੀ ਮੈਂ ਕਹਾਣੀ ਸੁਣਾਈ ਹੈ ਕਿਉਂ ਸੁਣਾਈ ਆ ਬਾਂਗੜ ਸਾਹਿਬ ਤੁਹਾਡਾ ਏਰੀਆ ਉਹ ਗੁਰਦੁਆਰਾ ਗੁਰੂ ਰਵਿਦਾਸ ਮੰਦਰ ਜਿਹਨੂੰ ਆਪਾਂ ਆਪਣਾ ਅਕਾਲ ਤਖ਼ਤ ਕਹਿੰਦੇ ਹਾਂ ਅਕਬਰਾਂ ਦਾ, ਉਸ ਦੇ ਵਿੱਚ ਮੈਂ ਉੱਪਰ ਬੈਠਾ ਹੁੰਦਾ ਸੀ, ਇੱਕ ਢੋਲਕੀ ਵਾਲਾ ਕੁੱਟਣ ਵਾਲਾ ਇੱਧਰੋਂ ਜਾਂਦਾ ਸੀ, ਇੱਕ ਢੋਲਕੀ ਕੁੱਟਣ ਵਾਲਾ ਦੂਜੇ ਪਾਸੇ ਨੂੰ ਜਾਂਦਾ ਸੀ, 5-5 ਮਿੰਟ ਬਾਅਦ ਕਿ 2-2 ਮਿੰਟ ਬਾਅਦ ਢੋਲਕੀ ਕੁੱਟਣ ਵਾਲੀਆਂ ਤਾਂ ਟੋਲੀਆਂ ਨਿਕਲਣੀਆਂ ਸੀ। ਕਿਉਂਕਿ ਅੱਜ ਮੈਨੂੰ ਅੰਦਰੋਂ ਇਸ ਗੱਲ ਦਾ ਰੋਣਾ ਆ ਰਿਹਾ, ਜਜ਼ਬਾਤੀ ਬੰਦਾ ਹੋ ਜਾਂਦਾ। ਮੈਂ ਕਹਿੰਦਾ ਸੀ ਵੀ ਇਸ ਇਲਾਕੇ ਦੇ ਲੋਕ ਬਹੁਤ ਜਾਗਰਤ ਨੇ। ਮੈਂ ਦੂਦਾ ਪਹਿਲਾਂ ਰਮਨਜੀਤ ਲਾਲੀ ਸੋ ਮਿਸ਼ਨਰੀ ਨਹੀਂ ਸੀ, ਉਹਨੂੰ ਮਿਸ਼ਨ ਦਾ ਨਹੀਂ ਪਤਾ ਸੀ, ਮੈਂ ਤਾਂ ਆਪਣੇ 18-20 ਸਾਲ ਇਸ ਮਿਸ਼ਨ ਦੇ ਵਿੱਚ ਲਗਾਏ ਨੇ ਔਰ ਇਹ ਢੋਲਕੀਆਂ ਕੁੱਟਣ ਵਾਲੇ ਲੋਕ ਬਹੁਤ ਜਾਗਰੂਕ ਨੇ, ਇਹ ਦੇਖੋ ਕਿਵੇਂ ਪ੍ਰਚਾਰ ਕਰ ਰਹੇ ਨੇ, ਕਿਵੇਂ ਜਾਗਰੂਕ ਨੇ ਇਹ, ਕਿਵੇਂ ਦਿਨ ਸਵੇਰ ਦੇ ਲੱਗੇ ਨੇ ਤੜਕੇ ਦੇ ਢੋਲਕੀਆਂ ਕੁੱਟ ਕੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕਰਦੇ ਨੇ, ਬੇਗਮਪੁਰਾ ਦੀ ਗੱਲ ਕਰਦੇ ਨੇ। ਪਰ ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਮਾਰਚ ਦੇ ਵਿੱਚ ਰਿਜ਼ਲਟ ਆਇਆ ਵੀ ਢੋਲਕੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਤੇ ਨਹੀਂ ਕੁੱਟ ਹੋ ਰਹੀ ਸੀ, ਢੋਲਕੀ ਤਾਂ ਮੇਰੀ ਕੁੱਟ ਹੋ ਰਹੀ ਸੀ, ਢੋਲਕੀ ਤਾਂ ਬਹੁਤ ਸਮਾਜ ਪਾਰਟੀ ਦੀ ਕੁੱਟ ਹੋ ਰਹੀ ਸੀ, ਢੋਲਕੀ ਤਾਂ ਸਾਹਿਬ ਸ੍ਰੀ ਕਾਂਸ਼ੀਰਾਮ ਦੀ ਕੁੱਟ ਹੋ ਰਹੀ ਸੀ, ਢੋਲਕੀ ਤਾਂ ਇਸ ਰੈਪਰ ਦੀ ਕੁੱਟ ਹੋ ਰਹੀ ਸੀ। ਜਿਵੇਂ ਸਾਡੇ ਬੁਲਾਰਿਆਂ ਨੇ ਦੱਸਿਆ ਹੀ ਆ 4 ਬੱਚੇ ਕੁਰਬਾਨ ਕੀਤੇ,
ਚਾਰ ਬੱਚੇ ਕੁਰਬਾਨ ਕੀਤੇ, ਢੋਲਕੀ ਤੁਸੀਂ ਇਹਦੀ ਕੁੱਟੀ ਜਾਂਦੇ ਹੋ। ਉਹ ਅਸੀਂ ਭੁੱਖੇ ਮਰ ਗਏ। ਅਲਾਪ ਸਿੰਘ ਭਾਵੀਆਂ ਗੱਲ ਕਰਦਾ ਹੁੰਦਾ, ਮੈਂ ਭੁੱਖਾ ਮਰ ਗਿਆ। 2001 ਤੋਂ ਲੁਧਿਆਣੇ ਆਇਆ ਸੀ, 2001 ਤੋਂ ਲਗਾਤਾਰ ਇੱਥੇ ਜੁੜਿਆ ਹੋਇਆ। ਇਸ ਜਿਹੜਾ ਹਟਰ ਮੈਨੂੰ ਜੋੜਦਾ ਨਾ ਕਮਿਸ਼ਨ, ਜਦੋਂ ਮੈਂ ਸਿੱਖਿਆ ਉਸ ਹਟਰ ਨਾਲ ਜੁੜਿਆ। ਅੱਜ ਤੱਕ ਕਿਸੇ ਪਾਰਟੀ ਦੇ ਕਿਸੇ ਵਰਕਰ ਨੂੰ, ਕਿਸੇ ਲੀਡਰ ਨੂੰ, ਕਿਸੇ ਹੋਰ ਬੰਦੇ ਨੂੰ ਗਲਤ ਨਹੀਂ ਕਿਹਾ। ਬੇਸ਼ੱਕ ਮੈਂ ਹਾਰਿਆ, ਕਦੇ ਵੀ ਉਹ ਜਿਹੜਾ 150 ਬੰਦਾ ਮੇਰਾ ਚੱਲਦਾ ਸੀ, ਸਲਿਊਟ ਕਰਦਾ, ਕਿਉਂਕਿ ਵਿਗੜ ਵਾਲਾ ਕਦੇ ਆਗੂ ਨਹੀਂ ਹੁੰਦਾ। ਵਿਗੜਦੇ ਨੇ ਜਦੋਂ ਉਹ ਲੋਕ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਪਤਾ ਨਹੀਂ ਕੀ ਹਾਂ। ਇਸ ਕਰਕੇ ਢੋਲਕੀ ਨਾ ਮੁੱਟੋ ਵੀਰੋ, ਬਹੁਤ ਸਮਾਂ ਹੋ ਗਿਆ, ਬਹੁਤ ਨਿਕਲ ਗਿਆ। ਗੁਰਪ੍ਰੀਤ ਸਿੰਘ ਮਹਿਦੂਦਾਂ ਜਦੋਂ ਆਇਆ ਸੀ ਇੱਕ ਇੰਜੀਨੀਅਰ ਸੀਗਾ, ਹੋ ਸਕਦਾ ਪੈਸਾ ਕਮਾ ਲੈਂਦਾ, ਬਹੁਤ ਕਮਾ ਲੈਂਦਾ, ਕੋਠੀ ਵੱਡੀ ਕਰ ਲੈਂਦਾ, ਪਹਿਲਾਂ ਹੁਣ ਦੀ ਜੋ ਕਾਰ ਆ ਉਸ ਤੋਂ ਵੱਡੀ ਲੈ ਲੈਂਦਾ, 2 ਮੰਜ਼ਲੀ ਕੋਠੀ ਪਾਈ ਬੈਠਾ, ਹੋ ਸਕਦਾ 4 ਮੰਜ਼ਲੀ ਪਾ ਲੈਂਦਾ। ਪਰ ਜਿਹੜਾ ਨਾਮ ਗੁਰਪ੍ਰੀਤ ਸਿੰਘ ਮਹਿਦੂਦਾਂ ਦਾ ਇਸ ਪਿਓ ਕਰਕੇ ਬਣਿਆ ਨਾ, ਇਸ ਪਿਓ ਕਰਕੇ ਉਹ ਨਹੀਂ ਬਣਨਾ ਸਰ। ਅੱਜ ਦੇਸ਼ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਗੁਰਪ੍ਰੀਤ ਮਹਿਦੂਦਾਂ ਨੂੰ ਜਾਣਦੇ ਨੇ। ਐਜ ਏ ਪੱਤਰਕਾਰ ਨਹੀਂ, ਜੇ ਪੱਤਰਕਾਰ ਮੈਂ ਪੜ੍ਹਿਆ ਤਾਂ ਵੀ ਬਾਪੂ ਦਾ ਬਹੁਤ ਵੱਡਾ ਰੋਲ ਆ। ਅੱਜ ਇਹ ਵੀ ਗੱਲ ਦੱਸਦੇ ਨਾ ਵੀ ਗੁਰਪ੍ਰੀਤ ਸਿੰਘ ਮਹਿਦੂਦਾਂ ਬੇਸ਼ੱਕ ਉਸ ਇੰਜੀਨੀਅਰ ਲੈਣ ਨੂੰ ਛੱਡ ਕੇ ਇਹ ਨੀਗਾ ਵੀ ਭੁੱਖਾ ਮਰ ਰਿਹਾ। ਅੱਜ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਆਪਣਾ ਅਖਬਾਰ ਖਰੀਦਿਆ ਹੋਇਆ, ਆਪਣਾ ਚੈਨਲ ਸਟਾਰਟ ਕੀਤਾ ਹੋਇਆ, ਦੇਸ਼ ਦੁਨੀਆ ਅਖਬਾਰ ਮੈਂ ਆਪਣਾ ਆਪਦਾ ਖਰੀਦਿਆ। ਜਦੋਂ ਮੈਂ ਕਰ ਸਕਦਾ ਸਾਥੀਓ ਤੁਸੀਂ